ਅੱਜ ਮੈਮ ਕੀ ਕਹਿਣਾ ਚਾਹੋਗੇ, ਮੀਤ ਹੀਰਾ ਜੀ ਅੱਜ ਬਹੁਤ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਹੈ। ਅੱਜ ਮੈਂ ਸਾਰੇ ਆਪਣੇ ਵਰਕਰਸ, ਆਮ ਆਦਮੀ ਪਾਰਟੀ ਵਰਕਰਸ ਦਾ ਅਤੇ ਜਿੰਨੇ ਵੀ ਵੋਟਰਸ ਨੇ, ਇੰਨੀ ਗਰਮੀ 'ਚ ਜਾ ਕੇ ਉਹਨਾਂ ਨੇ ਵੋਟ ਪਾਏ ਨੇ ਅਤੇ ਵਰਕਰਸ ਨੇ ਇੰਨੀ ਗਰਮੀ 'ਚ 2 ਮਹੀਨਿਆਂ 'ਚ ਉਹ 2 ਮਹੀਨਿਆਂ ਤੋਂ ਇੰਨੀ ਮਿਹਨਤ ਕਰ ਰਹੇ ਸੀ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ। ਹਾਂਜੀ ਮੈਮ, ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ। ਥੈਂਕ ਯੂ ਜੀ। ਕੀ ਕਹਿਣਾ ਚਾਹੋਗੇ, ਉਮੀਦ ਹੈ ਜੀ ਬਹੁਤ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕੀਤੀ ਹੈ ਜਿਹਨਾਂ ਨੇ? ਮੈਂ ਸਾਰੇ ਸੰਗਰੂਰ ਜ਼ਿਲ੍ਹੇ ਦੇ ਜਿੰਨੇ ਵੀ ਵੋਟਰਸ ਨੇ, ਵਰਕਰਸ ਨੇ, ਜਿਨ੍ਹਾਂ ਨੇ ਪਿਛਲੇ ਸਮੇਂ 'ਚ ਸਾਡਾ ਸਾਥ ਦਿੱਤਾ ਅਤੇ ਇੰਨੀ ਗਰਮੀ 'ਚ ਆਏ ਨੇ ਸਾਨੂੰ ਵੋਟ ਪਾਉਣ ਲਈ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ। ਬਾਪੂ ਜੀ, ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ, ਤੁਹਾਡਾ ਬੇਟਾ ਬਹੁਤ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਹੈ ਜੀ। ਅਤੇ ਕੀ ਕਹਿਣਾ ਚਾਹੋਗੇ, ਅੱਜ ਖੁਸ਼ੀ ਦਾ ਦਿਨ ਹੈ ਜੀ। ਇਹ ਵੀ ਬਹੁਤ ਵੱਡੀ ਗੱਲ ਹੈ ਜੀ, ਪਹਿਲਾਂ ਐਮ ਐਲ ਏ ਸੀਟ ਜਿੱਤਣਾ, ਉਸ ਤੋਂ ਬਾਅਦ ਐਮ ਪੀ ਦੀ ਸੀਟ ਨੂੰ ਜਿੱਤਣਾ ਜੀ, ਇੱਕ ਛੋਟੀ ਗੱਲ ਨਹੀਂ ਹੈਗੀ ਜੀ। ਦੇਖੋ ਬੇਟਾ, ਬੰਦਾ ਡਿਵੋਟਿਡ ਆ ਪਹਿਲਾਂ ਤਾਂ, ਕਾਲ ਦੇ ਵਿੱਚ ਵੀ ਪ੍ਰਧਾਨ ਸੀ, ਉੱਥੇ ਵੀ ਛਾਤਰਾਂ ਚੱਲਦਾ ਸੀ, ਕੋਈ ਇਹਨੂੰ ਆਪਾਂ ਰੈਵਲਿਊਸ਼ਨ ਨਹੀਂ ਕਰਨਾ ਪੈਂਦਾ, ਆਪ ਪ੍ਰੋਫੈਸਰ ਦਾ ਵੀ ਕੰਮ ਕਰੀ ਜਾਂਦੇ, ਜਿਹੜਾ ਬੰਦਾ ਛੱਤ 'ਤੇ ਚੱਲਦਾ ਨਾ, ਇਹ ਮੇਰੇ ਢਿੱਲੋਂ ਖਾਣਾ ਕਿੱਡੀ ਵੱਡੀ ਗੱਲ ਸੀ, ਉਹ ਵੀ ਛੱਤ ਦੀ ਜਿੱਤ ਸੀ। ਹੁਣ ਵੀ ਇਹਨੇ ਮਿਹਨਤ ਕੀਤਾ, ਰਾਤ ਮੇਰਾ ਖਿਆਲ ਆ ਗਿਆ, ਰਾਤ ਨੂੰ 12-1 ਵਜੇ ਪੈਂਦਾ, 6 ਵਜੇ ਚੱਲ ਪੈਂਦਾ, ਕਿਸੇ ਬੰਦਾ ਕੰਮ ਨਹੀਂ ਰੋਕਿਆ, ਨਹੀਂ ਕਿਸੇ ਪਾਰਟੀ ਦਾ ਹੋਵੇ। ਕਈ ਬੰਦੇ ਮੈਨੂੰ ਕਹੇ ਉਹ ਜੇ ਤਾਂ ਕੰਮ ਨਹੀਂ ਰੁਕਿਆ, ਮੈਂ ਆਪੋ ਜੇ 10 ਦੇ ਕੰਮ ਕਰਦੇ, 2 ਤਾਂ ਆਉਣਗੇ ਆਪਣੇ, ਕਹਿੰਦੀ 10 ਜੇ ਨਾਲ ਹੀ ਚਲੋ ਪਾਰਟੀਆਂ ਕਿਸੇ ਨਾਲ ਜੁੜੇ ਰਹਿਣ ਦਿਓ, ਕੰਮ ਤਾਂ ਵਿਛਾ ਇੱਥੇ ਵਿਰੋਧ ਹੋਇਆ ਜੀ, ਕੰਮ ਸਭ ਦੇ ਨਾਲ ਕਰੋ। ਐਕਚੁਅਲੀ ਮੇਰੇ ਨਾ ਹੇਕ ਦਾ ਕੰਮ ਕੀਤਾ, ਕੋਈ ਆ ਜੇ ਕੋਈ ਦੇਖਿਆ ਕਿ ਪਾਰਟੀ ਦਾ ਹੋਰ। ਹਾਂਜੀ ਮਾਤਾ ਜੀ, ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ, ਅਤੇ ਖੁਸ਼ੀ ਦਾ ਦਿਨ ਕੀ ਕਹਿਣਾ ਚਾਹੋਗੇ ਜੀ? ਹਾਂਜੀ, ਅੱਜ ਬਹੁਤ ਹੀ ਵੱਡਾ ਦਿਨ ਹੈ, ਪਹਿਲਾਂ ਤਾਂ ਵਾਹਿਗੁਰੂ ਦਾ ਸ਼ੁਕਰ ਹੈ ਯਾਦ ਕਰਦੇ ਹਾਂ ਜਿਨ੍ਹਾਂ ਨੇ ਬੇਟੇ ਨੂੰ ਇੱਥੇ ਪਹੁੰਚਾਇਆ, ਫਿਰ ਅੱਗੇ ਜਿਨ੍ਹਾਂ ਨੇ ਫਤਵਾ ਐਡਾ ਵੱਡਾ ਦਿੱਤਾ ਹੈ, ਸਾਰੇ ਇਕੱਲੇ ਇਕੱਲੇ ਵਰਕਰ ਦਾ ਸਪੋਰਟ ਕਰਦੇ ਨੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪਰਮਾਤਮਾ ਉਹਨੂੰ ਮਿਹਨਤ ਕਰਾਉਣ ਦੀ ਕਰਨ ਦੀ ਬਲ ਬਖਸ਼ੇ, ਪਰਮਾਤਮਾ ਉਹਨੂੰ ਕੰਮ ਕਰੇ ਰੱਖਾਂ ਦੇ ਅਤੇ ਵਧੀਆ ਕਰੇ ਸਾਰਾ ਕੁਛ। ਪਾਰਟੀ ਵਰਕਰਾਂ ਦੇ ਵਿੱਚ ਪਰਿਵਾਰ ਤੇ ਮੈਂਬਰਾਂ ਤੇ ਰਿਸ਼ਤੇਦਾਰਾਂ ਨੂੰ ਸਾਰਿਆਂ ਨੇ 3 ਮਹੀਨਿਆਂ ਦੀ ਮਿਹਨਤ ਕਰਕੇ ਜਿੱਤਿਆ ਨਾ, ਉਹ ਕਰਕੇ ਕੋਈ ਨਹੀਂ ਹਟਦਾ ਜੀ, ਸਾਰੇ ਬਣਾਉਂਦੇ।